ਹਸਬੈਂਡ ਦੀ ਡੇਟ ਬਰਥ ਕੀ ਹੈ? ਉਹਨਾਂ ਦੀ ਹੈਗੀ ਹੈ 14 ਜੂਨ। ਹਾਂਜੀ ਜੀ, 1983 ਤੇ ਸਵੇਰ 10 ਤੋਂ 11 ਦੇ ਵਿੱਚ ਹੈ ਟਾਈਮ ਉਹਨਾਂ ਦਾ। ਕੀ ਕੰਮ ਕਰਦੇ ਆ? ਕੰਮ ਤਾਂ ਆਪਣੇ ਮੈਡੀਕਲ ਸ਼ੋਪ ਹੈ ਜੀ। ਦੇਖੋ ਇੱਕ ਤੁਹਾਨੂੰ ਮੈਂ ਰਹਿ ਦਿੰਦਾ, ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? 12 ਸਾਲ ਹੋ ਗਏ। ਠੀਕ ਹੈ, ਆਪਾਂ 12 ਸਾਲ ਇੱਕ ਬੰਦੇ ਨਾਲ ਰਹਿ ਲਏ। ਹਾਂਜੀ, ਹੁਣ ਆਪਾਂ ਜੇ ਦੂਜੀ ਜਗ੍ਹਾ ਕੋਈ ਆਸ ਰੱਖਾਂਗੇ, ਹਾਂਜੀ, ਤੇ ਜੇ ਆਪਣਾ ਉੱਥੇ ਜਾ ਕੇ ਮਨ ਨਾ ਟਿਕਿਆ 5-7 ਸਾਲ ਬਾਅਦ ਫਿਰ ਆਪਾਂ ਕਵਾਂਗੇ ਫਿਰ ਕੀ ਕਰਾਂਗੇ? ਬਿਲਕੁਲ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ, ਬਿਲਕੁਲ ਗਲਤੀ ਨਹੀਂ ਕਰਨੀ। ਇਹ ਗਲਤੀ ਤੁਹਾਡੇ ਦਿਮਾਗ 'ਚ 2016 ਤੋਂ ਚੱਲਦੀ ਪਈ ਹੈ। ਅੱਛਾ ਜੀ, ਹਾਂਜੀ, ਬਿਲਕੁਲ ਨਹੀਂ ਕਰਨੀ। ਅੱਛਾ ਜੀ, ਠੀਕ ਹੈ ਜੀ, ਇੱਕ ਗੱਲ ਮੇਰੀ ਸੁਣ ਲਓ। ਹਾਂਜੀ, ਆਦਮੀ ਆਦਮੀ ਹੁੰਦਾ, ਬੁਰਾ ਹੋਵੇ ਬੇਸ਼ੱਕ, ਉਹ ਤਾਂ ਠੀਕ ਹੈ, ਤੇ ਫਿਰ ਸਹੀ ਕਦੋਂ ਹੋਣਗੇ? ਮਤਲਬ ਮੈਨੂੰ ਲੱਗਦਾ ਇਹਨਾਂ ਦਾ ਰਿਲੇਸ਼ਨ ਹੈ ਕਿਸੇ ਹੋਰ ਨਾਲ, ਮਤਲਬ ਸੈੱਟ ਕਰਨਾ ਹੈ ਫਿਰ, ਜਾਂ ਤਾਂ ਉਧਰੋਂ ਸੈੱਟ ਹੋ ਜਾਏ। ਹਾਂ, ਇਹ ਗੱਲ ਕਰਨ ਵਾਲੀ ਹੈ ਤੁਹਾਡੇ। ਪਰੇਸ਼ਾਨ ਹੋ, ਹੁਣ ਤੁਹਾਡਾ ਮਨ ਇਹ ਕਰਦਾ ਪਿਆ ਮੈਂ ਭੱਜਾਂ, ਮੈਂ ਕਰ ਲਾ ਕਿਸੇ ਨਾਲ, ਦੇਖੋ ਤੁਹਾਡਾ ਮਨ ਜਿਹੜਾ ਭੜਕਿਆ ਪਿਆ, ਤੁਹਾਨੂੰ ਕੋਈ ਆਸ ਹੈਗੀ ਹੈ? ਹਾਂਜੀ, ਠੀਕ ਹੈ, ਕਦੇ ਵੀ ਇਹ ਗਲਤੀ ਨਹੀਂ ਕਰਨੀ। ਅੱਜ ਇੱਕ ਗੱਲ ਮੇਰੀ ਸੁਣ ਲਓ, ਬੰਦਾ ਹਮੇਸ਼ਾ ਕਿਸੇ ਨਾਲ ਵੀ ਜੇ ਫੇਰ ਚਲਾਉਂਦਾ ਆ, ਉਹ ਇੱਕ ਆਪਦੀ ਜ਼ਰੂਰਤ ਪਿੱਛੇ ਚਲਾਉਂਦਾ ਆ, ਜਾਂ ਅੜੀ ਪਿੱਛੇ ਚਲਾਉਂਦਾ। ਔਰ ਨੰਬਰ 2, ਦੋਸਤ ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਦੇ ਅੱਜ ਤੱਕ ਘਰ ਵਾਲੇ ਨੇ ਆਪਦੇ ਘਰ ਵਾਲੇ ਦੀਆਂ ਗੱਲਾਂ ਕਿਸੇ ਨੂੰ ਦੱਸੀਆਂ? ਮੈਂ ਤੁਹਾਨੂੰ ਗੱਲ ਸਮਝਾਉਣਾ, ਤੁਸੀਂ ਸਾਡੇ ਬੱਚਿਆਂ ਵਰਗੇ ਹੋ, ਇਹ ਗੱਲ ਤੁਹਾਨੂੰ ਨੀ ਲੋਕਾਂ ਦੇ ਕੰਨ ਖੋਲੂਗੀ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣ ਲੱਗਿਆ। ਨੰਬਰ 2, ਜੇ ਕਿਸੇ ਦੀ ਮਸ਼ੂਕ ਹੋਵੇ, ਉਹਦਾ ਬੰਦਾ ਰੋਲਾ ਪਾਉਂਦਾ ਵੀ ਇਹ ਮਸ਼ੂਕ ਹੈਗੀ ਹੈ, ਨਾਲ ਲੈ ਜੂ ਕਿਸੇ ਦੋਸਤ ਨੂੰ ਮਿਲਣ ਵਾਸਤੇ, ਵੈਸੇ ਗੱਲ ਕਰਦਾ ਕੋਲੇ, ਫੋਟੋਆਂ ਚੱਲਦੀਆਂ, ਮੂਵੀ ਵੀਡੀਓ ਕਾਲ ਚੱਲਦੀ ਹੈ, ਕੋਲੇ ਬਿਠਾਏ ਹੁੰਦੇ, ਜਨਾਨੀ ਦੀ ਗੱਲ ਬੰਦਾ ਕਿਉਂ ਨੀ ਕਰਦਾ? ਠੀਕ ਹੈ ਜੀ, ਵਾਈਫ ਹੁੰਦੀ ਹੈ ਜ਼ਿੰਦਗੀ ਚ। ਅੱਜ ਇੱਕ ਗੱਲ ਮੇਰੀ ਸੁਣ ਲਓ, ਹਰ ਚੀਜ਼ ਦਾ ਹੱਲ ਹੋ ਜਾਂਦਾ, ਆ ਕੇ ਮਿਲਣਾ ਚਾਹੀਦਾ ਕਿਸੇ ਚੰਗੇ ਬੰਦੇ ਨੂੰ, ਮਿਲਣਾ ਚਾਹੀਦਾ। ਨੰਬਰ 2, ਜਿੰਨੇ ਬੰਦੇ ਅਖਬਾਰਾਂ ਚ ਐਡ ਦੇ ਰਹੇ ਵਸ਼ੀਕਰਨ ਕਰ ਦਾਂਗੇ, ਆਹ ਕਰ ਦਾਂਗੇ, ਵੋ ਕਰ ਦਾਂਗੇ, ਉਹਨਾਂ ਕੋਲੇ ਨਹੀਂ ਜਾਣਾ ਚਾਹੀਦਾ। ਠੀਕ ਹੈ ਜੀ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਕਿਸੇ ਸਿਆਣੇ ਪੰਡਿਤ ਨੇ ਦੱਸ ਦੇਣੀ ਹੈ ਨਾ, ਹਾਂਜੀ, ਉਹ ਇਹਨਾਂ ਨੇ ਤਾਂ ਪੈਸੇ ਬਣਾਉਣੇ ਡਰਾ ਕੇ। ਪਹਿਲੀ ਤਾਂ ਇੱਕ ਹੋਰ ਹੈ, ਜਨਾਨੀਆਂ ਜਾ ਕੇ ਆਮ ਜੀ ਗੱਲ ਦੱਸ ਦਿੰਦੀ ਆ ਵੀ ਮੇਰਾ ਕਿਸੇ ਨਾਲ ਫੇਰ ਚੱਲਦਾ, ਥੱਲੇ ਬੈਠੇ ਮੋਬਾਈਲ ਚ ਰਿਕਾਰਡਿੰਗ ਕਰਦੇ ਹੁੰਦੇ ਆ, ਨਾਮ ਪੁੱਛ ਲਿਆ, ਸਭ ਕੁਛ ਕਰ ਲਿਆ, ਬੰਦਾ ਦੱਸ ਦਿੰਦਾ, ਕਿਉਂਕਿ ਡਾਕਟਰ ਕੋਲੇ ਜਾ ਕੇ ਬੰਦਾ ਬਿਮਾਰੀ ਥੋੜਾ ਛਪਾਉਂਦਾ, ਤੇ ਜੋਤੀ ਕੋਲੇ ਬੰਦਾ ਗੱਲ ਕਰ ਲੈਂਦਾ।
ਇਹਨਾਂ ਦੀ ਰਿਕਾਰਡਿੰਗ ਕਰਕੇ ਤੁਹਾਨੂੰ ਦੂਜੇ ਤੀਜੇ ਦਿਨ ਫੋਨ ਕਰ ਦੇਣਾ, ਪੈਸੇ ਇੰਨੇ ਪਾ ਦੋ ਖਾਤੇ, ਨਹੀਂ ਤਾਂ ਤੁਹਾਡੇ ਘਰੇ ਦੱਸਦੇ ਆ। ਕਦੇ ਜ਼ਿੰਦਗੀ ਚ ਇਹਨਾਂ ਚੀਜ਼ਾਂ ਤੋਂ ਧਿਆਨ ਰੱਖੋ, ਆਪਦੇ ਘਰ ਵਾਲੇ ਪਾਸੇ ਧਿਆਨ ਦਿਓ। ਹਾਂ, ਇੱਕ ਰਹਿ ਗਈ ਵੀ ਇਹਨਾਂ ਦੀ ਗੱਲ, ਇਹਦੇ ਪਿੱਛੇ ਤੁਹਾਨੂੰ ਜੇ ਤਾਂ ਜਲਦੀ ਗੱਲ ਨੂੰ ਖਤਮ ਕਰਨਾ ਹਸਬੈਂਡ ਦੇ ਨੂੰ, ਫਿਰ ਤੁਸੀਂ ਮੇਰੇ ਕੋਲ ਇੱਕ ਚੀਜ਼ ਹੋਰ ਹੈ, ਜੇ ਬੰਦੇ ਨੂੰ ਘਰੋਂ ਸੁੱਖ ਮਿਲੇ ਨਾ, ਬਾਹਰ ਨੀ ਭੱਜਦਾ। ਬਿਲਕੁਲ ਸਹੀ ਹੈ ਜੀ, ਮੇਰੀ ਗੱਲ ਚੰਗੀ। ਲੜਾਈ ਕਲੇਸ਼ ਜਨਾਨੀ ਚ ਟੈਂਟ ਹੈ, ਇੱਕ ਜੇ ਕੋਈ ਬੰਦਾ ਗਲਤੀ ਕਰ ਜਾਂਦਾ ਉਹਨੂੰ ਮਾਫ਼ ਵੀ ਕਰਨਾ ਚਾਹੀਦਾ, ਜੋ ਵੀ ਕਰੇ। ਟੈਂਟ ਹੈ ਬਾਜੀ ਘਰ ਚ ਮਾੜੀ ਹੁੰਦੀ ਹੈ, ਸਾਡੇ ਵੀ ਮਾੜਾ ਹੁੰਦਾ, ਸਮਝ ਗਏ? ਇਹਨਾਂ ਨੂੰ ਜੇ ਠੀਕ, ਬਿਲਕੁਲ ਸਹੀ ਹੈ, ਹਾਂਜੀ ਬਿਲਕੁਲ ਸਹੀ ਹੈ ਜੀ, ਮੈਂ ਪਤਾ ਥੋੜਾ ਠੀਕ ਕਰਨਾ ਇਹਨਾਂ ਨੂੰ। ਹਾਂਜੀ, ਦੇਖੋ ਤੁਹਾਡੇ ਮਾਂ ਬਾਪ ਨੇ ਬਹੁਤ ਔਖੇ ਹੋ ਕੇ ਤੁਹਾਡਾ ਵਿਆਹ ਕੀਤਾ, ਦੂਜੀ ਵਾਰ ਤੁਸੀਂ ਪੰਗਾ ਲਓਗੇ ਉੱਥੇ ਸੌਖੇ ਨਾਲ ਰਹੇ। ਤੁਹਾਡੇ ਭਰਾਵਾਂ ਦਾ ਮਰਨ, ਤੁਹਾਡੀਆਂ ਭੈਣਾਂ ਦਾ ਮਰਨ, ਤੁਹਾਡੇ ਮਾਂ ਪਿਓ ਦਾ ਮਰਨ, ਇੰਨੇ ਬੰਦੇ ਖਰਾਬ ਹੁੰਦੇ, ਇੱਕ ਗੱਲ ਮੇਰੀ ਸੁਣ ਲਓ, ਕਿਸੇ ਬੰਦੇ ਨੂੰ, ਕਿਸੇ ਜਨਾਨੀ ਨੂੰ ਵਿਆਹ ਤੋਂ ਬਾਅਦ ਜਨਾਨੀ ਨੂੰ ਆਪਦਾ ਬੰਦਾ ਪਸੰਦ ਨਹੀਂ ਹੁੰਦਾ, ਬੰਦੇ ਨੂੰ ਆਪਦੀ ਜਨਾਨੀ ਪਸੰਦ ਨਹੀਂ ਹੁੰਦੀ, ਬੱਚਿਆਂ ਦੇ ਮਾਰੇ ਸਾਰੀ ਜ਼ਿੰਦਗੀ ਕੱਢਣੀ ਪੈਂਦੀ। ਹਾਂਜੀ ਸਹੀ ਗੱਲ ਹੈ, ਬਿਲਕੁਲ ਕਰਨਾ, ਮੇਰੇ ਤੋਂ ਪਰਸਨਲ ਟਾਈਮ ਲੈ ਕੇ ਗੱਲ ਕਰਨੀ ਹੈ, ਥੋੜਾ ਜਿਹਾ ਮੈਂ ਤੁਹਾਡਾ ਖਰਚਾ ਵੀ, ਤੁਹਾਡਾ ਆਦਮੀ ਜਿਹੜਾ ਹੈ ਟੱਕਲੇ ਵਰਗਾ ਸਿੱਧਾ ਹੋ ਜਾਊਗਾ, ਟੈਨਸ਼ਨ ਨੀ ਲੈਣੀ। ਅੱਜ ਆਪਦੇ ਆਦਮੀ ਦਾ ਜੇ ਤੁਸੀਂ ਹੁਣ ਧਿਆਨ ਰੱਖਣਾ ਹੈ ਨਾ, ਤੁਸੀਂ ਧਿਆਨ ਰੱਖੋ ਇਹਦੀ ਸਿਹਤ ਦਾ। ਹੁਣ ਪਿਛਲੇ 2 ਮਹੀਨਿਆਂ ਤੋਂ ਬਹੁਤ ਪਰੇਸ਼ਾਨ, ਕਾਰੋਬਾਰ ਵੀ ਘੱਟ ਹੈ, ਸਿਹਤ ਵੀ ਖਰਾਬ ਹੈ। ਹਾਂਜੀ, ਕਿਵੇਂ? ਇਹਦੀ ਸਿਹਤ ਵੀ ਖਰਾਬ ਹੈ, ਕਾਰੋਬਾਰ ਵੀ ਘਟਿਆ 2 ਮਹੀਨਿਆਂ ਤੋਂ, ਹਾਂਜੀ ਹਾਂਜੀ, ਨਿੱਕੇ ਨਿੱਕੇ ਕੰਮ ਵੀ ਖਰਾਬ ਹੋ ਰਹੇ ਹੈ। ਜੇ ਜਨਾਨੀ ਬੰਦੇ ਦਾ ਸਾਥ ਦਵੇ ਤਾਂ ਜਿਹੜੇ ਮੁਸ਼ਕਿਲ ਹੈ ਉਹਨਾਂ ਚ ਬੰਦਾ ਬੜੀ ਜਲਦੀ ਨਿਕਲ ਜਾਂਦਾ। ਹਾਂਜੀ ਸਹੀ, ਕੋਈ ਆਪਦਾ ਦਿਮਾਗ ਨੂੰ ਸਹੀ ਪਾਸੇ ਲਾਓ, ਅਗਰ ਤੁਸੀਂ ਕਿਸੇ ਨਾਲ ਆਪਦਾ ਫੇਰ ਚਲਾਉਂਦੇ ਹੋ ਉਸ ਬੰਦੇ ਨੇ ਦਿਲੋਂ ਨੀ ਕਰਨਾ, ਉਹਨੇ ਵੀ ਤੁਹਾਨੂੰ ਬਦਨਾਮ ਕਰ ਦੇਣਾ। ਕੀ ਲੈਣਾ ਆਪਾਂ ਇਹਨਾਂ ਚੀਜ਼ਾਂ ਤੋਂ, ਤੁਸੀਂ ਆਪਦਾ ਮਨ ਹਟਾ ਲਓ, ਤੁਹਾਨੂੰ ਘਰ ਚੰਗਾ ਲੱਗਣ ਲੱਗ ਜਾਣਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।